ਰਾਜੇ ਕਾ ਦਰਜਾ ਵਾਪਸ ਦੋ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਇਹ ਗੱਲ ਮੈਨੂੰ ਬਹੁਤ ਸ਼ਰਮ ਲੱਗਦਾ ਰਾਜੇ ਕਾ ਦਰਜਾ ਵਾਪਸ ਦੋ ਰਾਜੇ ਕਾ ਦਰਜਾ ਵਾਪਸ ਦੋ ਰਾਜੇ ਕਾ ਦਰਜਾ ਭਈਆ ਦਾਦਾ ਰਾਜੇ ਕਾ ਦਰਜਾ ਵਾਪਸ ਦੋ ਰਾਜੇ ਕਾ ਦਰਜਾ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਜੰਮੂ ਕਸ਼ਮੀਰ ਜ਼ਿੰਦਾਬਾਦ 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 ਬਹੁਤ ਸਾਰੇ ਖੜੇ ਗੁਰੂ ਜੰਮੂ ਕਸ਼ਮੀਰ ਜ਼ਿੰਦਾਬਾਦ ਸਾਹਿਬ ਨੇ ਬਤਾ ਦਿਆ ਹੈ। ਆਜ ਹਮ ਇੱਕ ਅਪੀਲ ਕਰਨੇ ਆਏ ਹੈ, ਡੋਰੀ ਜੀ ਗੱਲ ਕਰਕੇ ਅੱਜ ਮੈਂ ਸਾਰੇ ਲੋਕ ਅਪੀਲ ਕਰਨ ਆਇਆ ਅਸ ਯੁਵਾ ਰਾਜਪੂਤ ਸਭਾ ਕਿ ਜਿਹੜੇ ਆਪਣੇ ਹੱਕ ਹਕੂਕ ਦੀ ਲੜਾਈ ਹੈ, ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰ ਆਖਦੇ ਨੇ ਲੋਕਲ ਫਾਰ ਵੋਕਲ ਵੋਕਲ, ਪਲਸ ਸਾਰੇ ਲੋਕਾਂ ਗੀ ਇੰਪਾਵਰ ਕਿਉਂ ਨਹੀਂ ਕੀਤਾ ਜਾਂਦਾ, ਸਾਰੇ ਜੰਮੂ ਦੇ ਡੋਰ ਗੀ ਪਾਵਰਲੈਸ ਕਿਉਂ ਕੀਤਾ ਜਾਂਦਾ, ਇਹ ਪੁੱਛਣ ਦੇ ਸੱਚ ਆਏ ਹਾਂ। ਬੜੀ ਜਲਦੀ ਹੈ ਇਹ ਤੁਹਾਡੇ ਮਾਧਿਅਮ ਦੇ ਥਰੂ ਆ ਸਰਕਾਰ ਹੀ ਆਖਣਾ ਚਾਹੁੰਦੇ ਹਾਂ ਕਿ ਇਹ ਮਤ ਸਮਝਿਓ ਕਿ ਯੁਵਾ ਰਾਜਪੂਤ ਸਭਾ ਸਾਡੀ ਗੱਲ ਕਰਦੀ ਹੈ। ਐਂ ਛੁੱਟੀ ਲਈ ਹੀ ਚਾਰ ਚਾਰ ਬੰਦੇ ਕਰੀਏ ਪ੍ਰੋਟੈਸਟ ਕੀਤੇ, ਟੋਲ ਬਣਾਇਆ 10 ਵਾਰੀ ਆਖਿਆ, ਅੱਜ ਅਸੀਂ ਇੱਥੇ ਆਏ ਹਾਂ ਸਿਰਫ ਆਖਣੇ ਵਾਸਤੇ ਸਾਡੀ ਸਟੇਟ ਵਾਪਸ ਦੇ ਦਿਓ। ਬੜੀ ਜਲਦੀ ਹੈ ਤੁਸੀਂ ਯੁਵਾ ਰਾਜਪੂਤ ਸਭਾ ਪੂਰੇ ਜੰਮੂ ਦੇ ਵਿੱਚ, ਡੋਡਾ ਹੋਵੇ, ਕਿਸ਼ਤਵਾੜ ਹੋਵੇ, ਕਠੂਆ ਹੋਵੇ, ਸਾਂਬਾ ਹੋਵੇ, ਪੁੰਛ ਰਜੌਰੀ, ਸਾਰੇ ਜਾਈਏ ਇੱਕ ਮੁਹਿੰਮ ਛੇੜਨੀ ਹੈ, ਜਲਦ ਕੋਲੋਂ ਜਲਦ ਜਿਹੜੀ ਹੈ ਸਟੇਟ ਵਾਪਸ ਲੈਣੀ ਹੈ। ਉਹਦੇ ਵਾਸਤੇ ਅਸੀਂ ਆਪਣੀ ਜਾਨ ਵੀ ਦੇਣੀ, ਬਹੁਤ ਪਿੱਛਾ ਨਹੀਂ ਆਉਣਾ, ਲੇਕਿਨ ਇੱਕ ਗੱਲ ਜ਼ਰੂਰ ਰੱਖ ਸਕਦੇ ਹਾਂ, ਉਹਨੇ ਲੀਡਰ ਗੀ ਜਿਹੜੇ ਲੀਡਰ ਚੁੱਪ ਕਰੀਏ ਆਪਣੀ ਟਿਕਟਾਂ ਬਚਾ ਦੇਣ, ਸਾਰੇ ਕੋਲ ਪਹਿਲਾਂ ਨਾ ਦੇਸ਼ ਬਚੇਗਾ ਤਾਂ ਹਮ ਬਚੇਗੇ, ਸਾਡਾ ਜੰਮੂ ਕਸ਼ਮੀਰ ਬਚੇਗਾ, ਜੰਮੂ ਦੇ ਡੋਗਰੇ ਬਚਣ, ਫਿਰ ਸਾਡੀ ਸ਼ਾਨ ਬਰਕਰਾਰ ਹੋਣੀ ਹੈ। ਆਪਣੀ ਸ਼ਾਨ ਬਚਾਉਣ ਵਾਸਤੇ ਅਸੀਂ ਸਾਰੇ ਲੋਕ ਇਕੱਠੇ ਹੋਈਏ, ਇੱਕ ਮੰਚ ਭਰਾ ਰਾਜਨੀਤਿਕ ਕੋਲ ਉੱਪਰ ਉੱਠੀਆ, ਇੱਕ ਆਵਾਜ਼ ਚੁੱਕਣੀ ਚਾਹੀਦੀ ਕਿ ਅਸੀਂ ਕੀ ਆਪਣੀ ਸਾਡੀ GNK ਸਟੇਟ ਵਾਪਸ ਚਾਹੀਦੀ, ਅਸੀਂ ਕੀ ਆਪਣਾ ਸਟੇਟ ਸਬਜੈਕਟ ਵਾਪਸ ਚਾਹੀਦਾ, ਅਸੀਂ ਕੀ ਬਾਹਰ ਦੇ ਠੇਕੇਦਾਰ ਨਹੀਂ ਚਾਹੀਦੇ, ਅਸੀਂ ਕੀ ਆਪਣੇ ਜੰਮੂ ਦੇ ਲੋਕ ਚਾਹੀਦੇ। ਗੁਲਾਬ ਕੋਲੋਂ ਲਈ ਮਹਾਰਾਜਾ ਹਰੀ ਸਿੰਘ ਔਰ ਉਹਦੇ ਬਾਅਦ ਕਰਗਿਲ ਦੀ ਲੜਾਈ ਵਿੱਚ ਵੀ ਸਭ ਤੋਂ ਜ਼ਿਆਦਾ ਯੋਧੇ ਜਿਹੜੇ ਮਰੇ ਨੇ, ਸਾਡੇ ਸ਼ਹਾਦਤ ਦਿੱਤੀ ਹੈ ਉਹ ਸਾਰੇ ਡੋਗਰੇ ਦਿੱਤੀ ਦੀ ਹੈ। ਅਸਾਂ ਆਖੇ ਕਿ ਅਸੀਂ ਆਪਣੀ ਸਟੇਟ ਵਾਪਸ ਲੈਣੀ ਹੈ, ਇਸੇ ਇਹਦੇ ਥੋੜਾ ਸਟੇਟ ਸਬਜੈਕਟ ਜਿਹੜਾ ਸਾਡਾ ਉਹ ਵਾਪਸ ਲੈਣਾ ਹੈ। ਅਸੀਂ ਆਖੇ ਕਿ ਅਸ ਜਿੰਨੀਆਂ ਵੀ ਸਾਡੀਆਂ ਸਿਵਲ ਸੁਸਾਇਟੀਆਂ ਨੇ ਅਸ ਸਾਰੇ ਕਹਿੰਦੇ ਮੀਟਿੰਗ ਕਰਕੇ ਇੱਕ ਲੋਕਾਂ ਕੋਲ ਜਾ ਕੇ ਜਿੰਨੀਆਂ ਵੀ ਸਾਡੀਆਂ ਹੋਰ ਵੀ ਸੰਸਥਾਵਾਂ ਨੇ ਸਾਰੇ ਕਹਿੰਦੇ ਮਿਲੀਆ, ਆਉਣ ਵਾਲੇ ਟਾਈਮ ਵਿੱਚ ਇੱਕ ਮੁੱਠੀ ਬਣੀ ਹੈ ਤੇ ਜੰਮੂ ਕਸ਼ਮੀਰ ਦੀ ਆਵਾਜ਼ ਬਣ ਗਏ ਔਰ ਜੰਮੂ ਕਸ਼ਮੀਰ ਦਾ ਜਿਹੜਾ ਸਾਡਾ ਸਟੇਟ ਦਾ ਦਰਜਾ ਹੈ ਉਹ ਵਾਪਸ ਲੈ ਗਏ। ਮਹਾਰਾਜਾ ਹਰੀ ਸਿੰਘ ਜੀ ਮਹਾਰਾਜਾ ਹਰੀ ਸਿੰਘ ਜੀ ਮਹਾਰਾਜਾ ਹਰੀ ਸਿੰਘ ਜੀ ਰਾਜੇ ਕਾ ਦਰਜਾ 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 ਮਹਾਰਾਜਾ ਹਰੀ ਸਿੰਘ ਜੀ ਮਹਾਰਾਜਾ ਹਰੀ ਸਿੰਘ ਜੀ ਮਹਾਰਾਜਾ